ਕੁਝ ਲੋਕ ਸ਼ਾਮ ਨੂੰ ਉਹਨਾਂ ਦੇ ਆਖੇ ਸ਼ਰਾਬ ਪੀ ਲੈਂਦੇ ਨੇ। ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ ਵੀ ਭਰਾਵੋ, ਇਹ ਕਿਹੜਾ ਸ਼ਰਧਾਂਜਲੀ ਦਾ ਤਰੀਕਾ ਹੈ? ਤੁਸੀਂ, ਤੁਹਾਡੇ ਸਾਥੀ ਹਰ ਰੋਜ਼ ਸ਼ਹੀਦ ਹੋ ਰਹੇ ਨੇ, ਤੁਸੀਂ ਸ਼ਰਾਬ ਪੀ ਕੇ ਨੱਚੋ। ਮੈਂ ਕੱਲ੍ਹ ਜਾਂ ਪਰਸੋਂ ਤੋਂ ਦੇਖ ਰਿਹਾ ਜਿਸ ਤਰ੍ਹਾਂ ਪਿੱਛੇ ਅਸੀਂ RSS ਦੇ ਕੁਝ ਬੰਦੇ ਫੜੇ, ਐਕਸਪੋਜ਼ ਹੋਏ, ਜਿਨ੍ਹਾਂ ਦੇ ਕੋਲ ਸ਼ਰਾਬ ਵੀ ਸੀ, ਉਹਨਾਂ ਨੇ ਸਿੱਖੀ ਸਰੂਪ ਵੀ ਧਾਰਿਆ ਹੋਇਆ ਸੀ। ਪੱਗ ਲਾਉਣ 'ਤੇ ਪਤਾ ਲੱਗਿਆ ਵੀ ਉਹ ਬਿਲਕੁਲ ਭੋਣ ਮੋਹਨ ਸਨ। ਸਾਰੀ ਦੁਨੀਆ 'ਤੇ ਇਸ ਅੰਦੋਲਨ ਨੂੰ ਘੋਖ ਰਹੀ ਹੈ। ਉਹ ਕੌਣ ਇਹੋ ਜਿਹਾ ਲੀਡਰ ਹੋਏਗਾ ਮੂਰਖ ਜਿਹੜਾ ਸਰਕਾਰ ਦੀ ਝੋਲੀ 'ਚ ਬਹਿ ਕੇ ਆਪਣੇ ਆਪ ਨੂੰ ਔਰ ਆਪਣੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਵੀ ਖਤਰੇ 'ਚ ਪਾ ਦੇਗਾ ਔਰ ਉਹ ਆਪਣੇ ਆਪ ਨੂੰ ਗੱਦਾਰ ਕਹਾਏਗਾ? ਇਹ ਜਿਹੜਾ ਡੈੱਕ ਵਜਾਉਣਾ ਹੈ, ਇਹ ਤਾਂ ਵਿਆਹ ਸ਼ਾਦੀਆਂ ਵਿੱਚ ਹੁੰਦਾ ਹੈ ਜੀ। ਕਿਹੜੀ ਖੁਸ਼ੀ ਹੈ, ਅਸੀਂ ਅੰਦੋਲਨ 'ਚ ਹਾਂ, ਅੰਦੋਲਨ ਸ਼ਿਖਰ 'ਤੇ ਗਿਆ, ਜਿਹਦੇ 'ਤੇ ਤੁਸੀਂ ਜਿੰਦ ਜਾਨ ਲਾ ਦਿੱਤੀ ਸਾਰੀ, ਜਿਹੜੇ ਜਿਹਦੇ 'ਤੇ ਤੁਸੀਂ ਬਹੁਤ ਕਲੰਕ ਆਪਣੇ ਉੱਤੋਂ ਲਾ ਦਿੱਤੇ, ਜਿਹੜਾ ਦੁਨੀਆ ਨੂੰ ਇੱਕ ਵੱਖਰਾ ਆਪਣਾ ਸਰੂਪ ਦਿਖਾਇਆ, ਸਾਰਿਆਂ ਨੇ ਰਲ ਕੇ ਸਾਰੀ ਦੁਨੀਆ ਤੁਹਾਨੂੰ ਭੋਖ ਰਹੀ ਹੈ। ਉਸ ਅੰਦੋਲਨ ਦੀ ਕਾਮਯਾਬੀ ਲਈ ਆਪਣੇ ਆਪ ਨੂੰ ਜ਼ਬਤ ਵਿੱਚ ਰੱਖੋ, ਇਹ ਵੀ ਤਾਂ ਓਨਾ ਹੀ ਜ਼ਰੂਰੀ ਹੈ ਜਿੰਨਾ ਤੁਸੀਂ ਇਸ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਆਏ ਹੋ। ਇਸ ਵੇਲੇ ਕਿਸਾਨ ਅੰਦੋਲਨ ਆਪਣੀਆਂ ਸਿਖਰਾਂ 'ਚ ਹੋ ਰਿਹਾ, ਸਰਕਾਰ ਅੰਦਰ ਬਹੁਤ ਵੱਡੀ ਘਬਰਾਹਟ ਹੈ ਔਰ ਉਹਦੇ ਨਾਲ ਹੀ ਜਿੱਥੇ ਸਰਕਾਰ 'ਚ ਘਬਰਾਹਟ ਹੈ ਉੱਥੇ ਸਰਕਾਰ ਦੀਆਂ ਸਾਰੀਆਂ ਇੰਟੈਲੀਜੈਂਸ ਏਜੰਸੀਜ਼ ਅਤੇ ਜਿਹੜੇ ਕਿਸਾਨ ਵਿਰੋਧੀ ਲੋਕ ਨੇ ਉਹ ਆਪੋ ਵਿੱਚ ਹੀ ਘਿਓ ਖਿਚੜੀ ਹੋ ਕੇ ਇੱਕ ਦੂਜੇ ਨਾਲ ਇਸ ਅੰਦੋਲਨ ਨੂੰ ਦਾ ਨੁਕਸਾਨ ਕਰਨ ਲਈ ਉਹ ਵੀ ਓਨਾ ਹੀ ਪੂਰੀ ਤਰ੍ਹਾਂ ਸਰਗਰਮ ਨੇ ਜਿੰਨਾ ਤੇਜ਼ੀ ਨਾਲ ਅੰਦੋਲਨ ਸਰਕਾਰ ਦੇ ਸਿਰ ਚੜ੍ਹ ਕੇ ਬੋਲ ਰਿਹਾ। ਇਸ ਲਈ ਮੈਂ ਸਾਰੇ ਆਪਣੇ ਭਾਈਚਾਰੇ ਨੂੰ ਅਪੀਲ ਕਰਾਂਗਾ ਇਹ ਖਿਆਲ ਰੱਖਣ ਇਸ ਗੱਲ ਦਾ। ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਫਿਰਦੇ ਨੇ ਲਓ ਜੀ ਲੀਡਰਸ਼ਿਪ ਵਿਕ ਗਈ ਜੀ, ਲੀਡਰਸ਼ਿਪ ਵਿਕ ਜਾਊ ਜੀ, ਇੱਦਾਂ ਦੀ ਗੱਲ ਕੋਈ ਨਹੀਂ ਹੈ। ਸਾਰੇ ਜਿੰਨੇ ਲੀਡਰ ਨੇ ਕਿਸਾਨ ਜਥੇਬੰਦੀਆਂ ਦੇ ਸਾਰੇ ਇੱਕ ਮੁੱਠ ਨੇ ਔਰ ਸਭ ਨੂੰ ਇਹ ਅਹਿਸਾਸ ਹੈ ਆਪੋ ਆਪਣੀ ਜ਼ਿੰਮੇਵਾਰੀ ਦਾ। ਉਹਨਾਂ ਨੂੰ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਬਈ ਜਿਹੜਾ ਸਾਡਾ ਭਾਈਚਾਰਾ ਜਿੱਥੇ ਤੁਸੀਂ ਬੈਠੇ ਹੋ ਇੰਨੇ ਲੰਬੇ ਸਮੇਂ ਤੋਂ, ਉਹਨਾਂ ਪ੍ਰਤੀ ਉਹਨਾਂ ਦੀ ਕੀ ਜ਼ਿੰਮੇਵਾਰੀ ਹੈ। ਕੋਈ ਇੱਧਰ ਉੱਧਰ ਜਾਣ ਦੀ ਹਿੰਮਤ ਵੀ ਨਹੀਂ ਕਰ ਸਕਦਾ ਜਿਸ ਤਰ੍ਹਾਂ ਦਾ ਇਹ ਤਾਣਾ ਬਾਣਾ ਬਣ ਗਿਆ। ਸਾਰੀ ਦੁਨੀਆ ਇਸ ਅੰਦੋਲਨ ਨੂੰ ਘੋਖ ਰਹੀ ਹੈ। ਤੋ ਕੌਣ ਇਹੋ ਜਿਹਾ ਲੀਡਰ ਹੋਏਗਾ ਮੂਰਖ ਜਿਹੜਾ ਸਰਕਾਰ ਦੀ ਝੋਲੀ 'ਚ ਬਹਿ ਕੇ ਆਪਣੇ ਆਪ ਨੂੰ ਔਰ ਆਪਣੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਵੀ ਖਤਰੇ 'ਚ ਪਾ ਦੇਗਾ ਔਰ ਉਹ ਆਪਣੇ ਆਪ ਨੂੰ ਗੱਦਾਰ ਕਹਾਏਗਾ? ਤੋ ਇਹ ਸਾਰੀਆਂ ਗੱਲਾਂ ਤੋਂ ਚੌਕਸ ਹੋਣ ਦਾ ਸਮਾਂ ਇੱਕ। ਦੂਸਰਾ, ਇੱਕ ਇਸ ਗੱਲ ਦਾ ਬਹੁਤ ਮੈਨੂੰ ਕਸ਼ਟ ਹੋ ਰਿਹਾ ਬਈ ਹਰ ਰੋਜ਼ ਸਾਡੇ ਦੋ ਸਾਥੀ ਸਾਥੋਂ ਪਿਛੜ ਰਹੇ ਨੇ, ਇਸ ਦੁਨੀਆ ਤੋਂ ਜਾ ਰਹੇ ਨੇ। ਅਸੀਂ ਦੋ ਲਾਸ਼ਾਂ ਤਕਰੀਬਨ ਔਸਤਨ ਰੋਜ਼ ਘਰ ਭੇਜ ਰਹੇ ਹਾਂ ਅਤੇ ਮੈਂ ਕੱਲ੍ਹ ਜਾਂ ਪਰਸੋਂ ਤੋਂ ਦੇਖ ਰਿਹਾ ਜਿਸ ਤਰ੍ਹਾਂ ਪਿੱਛੇ ਅਸੀਂ RSS ਦੇ ਕੁਝ ਬੰਦੇ ਫੜੇ, ਐਕਸਪੋਜ਼ ਹੋਏ, ਜਿਨ੍ਹਾਂ ਦੇ ਕੋਲ ਸ਼ਰਾਬ ਵੀ ਸੀ, ਉਹਨਾਂ ਨੇ ਸਿੱਖੀ ਸਰੂਪ ਵੀ ਧਾਰਿਆ ਹੋਇਆ ਸੀ। ਪੱਗ ਲਾਉਣ 'ਤੇ ਪਤਾ ਲੱਗਿਆ ਵੀ ਉਹ ਬਿਲਕੁਲ ਘੋਣ ਮੋਹਨ ਸਨ ਅਤੇ ਉਹਨਾਂ ਨੇ ਐਡਮਿਟ ਕੀਤਾ ਵੀ ਅਸੀਂ RSS ਤੋਂ ਹਾਂ। ਇਹੋ ਜਿਹੇ ਲੋਕ ਬੜਾ ਕੁਝ ਕਰਨ ਲੱਗੇ ਹੋਏ ਨੇ, ਸਰਕਾਰ ਦੀ ਢਿੱਲ ਲੱਗੀ ਹੋਈ ਹੈ। ਕੁਝ ਲੋਕ ਸ਼ਾਮ ਨੂੰ ਉਹਨਾਂ ਦੇ ਆਖੇ ਸ਼ਰਾਬ ਪੀ ਲੈਂਦੇ ਨੇ। ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ ਵੀ ਭਰਾਵੋ, ਇਹ ਕਿਹੜਾ ਸ਼ਰਧਾਂਜਲੀ ਦਾ ਤਰੀਕਾ ਹੈ? ਤੁਸੀਂ, ਤੁਹਾਡੇ ਸਾਥੀ ਹਰ ਰੋਜ਼ ਸ਼ਹੀਦ ਹੋ ਰਹੇ ਨੇ, ਤੁਸੀਂ ਸ਼ਰਾਬ ਪੀ ਕੇ ਨੱਚੋ, ਇਹ ਕਿਹੜਾ ਤਰੀਕਾ ਹੈ? ਸਾਡੇ ਨੌਜਵਾਨ ਬੱਚਿਆਂ ਨੂੰ ਮੈਂ ਪੁੱਛਣਾ ਚਾਹਾਂਗਾ ਵੀ ਤੁਸੀਂ ਡੈੱਕ ਵਜਾਉਂਦੇ ਤੁਰੇ ਫਿਰਦੇ ਹੋ, ਕਿਰਪਾ ਕਰੋ ਆਪਣੇ ਉਹਨਾਂ ਸ਼ਹੀਦ ਸਾਥੀਆਂ ਦੇ ਸਤਿਕਾਰ ਵਜੋਂ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ। ਇਹ ਜਿਹੜਾ ਡੈੱਕ ਵਜਾਉਣਾ ਹੈ ਇਹ ਤਾਂ ਵਿਆਹ ਸ਼ਾਦੀਆਂ ਵਿੱਚ ਹੁੰਦਾ ਹੈ ਜੀ। ਕਿਹੜੀ ਖੁਸ਼ੀ ਹੈ, ਅਸੀਂ ਅੰਦੋਲਨ 'ਚ ਹਾਂ, ਅੰਦੋਲਨ ਸ਼ਿਖਰ 'ਤੇ ਗਿਆ ਜਿਹਦੇ 'ਤੇ ਤੁਸੀਂ ਜਿੰਦ ਜਾਨ ਲਾ ਦਿੱਤੀ ਸਾਰੀ, ਜਿਹੜੇ ਜਿਹਦੇ 'ਤੇ ਤੁਸੀਂ ਬਹੁਤ ਕਲੰਕ ਆਪਣੇ ਉੱਤੋਂ ਲਾ ਦਿੱਤੇ, ਜਿਹੜਾ ਦੁਨੀਆ ਨੂੰ ਇੱਕ ਵੱਖਰਾ ਆਪਣਾ ਸਰੂਪ ਦਿਖਾਇਆ, ਸਾਰਿਆਂ ਨੇ ਰਲ ਕੇ ਸਾਰੀ ਦੁਨੀਆ ਤੁਹਾਨੂੰ ਭੋਖ ਰਹੀ ਹੈ। ਉਸ ਅੰਦੋਲਨ ਦੀ ਕਾਮਯਾਬੀ ਲਈ ਆਪਣੇ ਆਪ ਨੂੰ ਜ਼ਬਤ ਵਿੱਚ ਰੱਖੋ, ਇਹ ਵੀ ਤਾਂ ਓਨਾ ਹੀ ਜ਼ਰੂਰੀ ਹੈ ਜਿੰਨਾ ਤੁਸੀਂ ਇਸ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਆਏ ਹੋ। ਸਭ ਤੋਂ ਪਹਿਲਾਂ ਜ਼ਬਤ 'ਚ ਰੱਖਣਾ, ਆਪਣੇ ਆਪ ਨੂੰ ਡਿਸਿਪਲਨ 'ਚ ਰੱਖਣਾ। ਕੁਛ ਲੋਕ ਅੰਦੋਲਨ ਦਾ ਸਰੂਪ ਵਿਗਾੜਨ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਗੂੰਦਾਂ ਗੂੰਦਣ ਲੱਗੇ ਹੋਏ ਨੇ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਤੋ ਕੀ ਤੁਹਾਡੀ ਇੰਨੀ ਜ਼ਿੰਮੇਵਾਰੀ ਨਹੀਂ ਵੀ ਜਦੋਂ ਹੁਣ ਤੱਕ ਇਹ ਅੰਦੋਲਨ ਦੀ ਇੱਕੋ ਤਾਕਤ ਰਹੀ ਹੈ ਵੀ ਇਹ ਸ਼ਾਂਤਮਈ ਰਿਹਾ, ਇਹਨੂੰ ਸਰਕਾਰ ਤੋੜ ਨਹੀਂ ਸਕੀ, ਬੁਰੀ ਤਰ੍ਹਾਂ ਢਿੱਲ ਲਾਉਣ ਦੇ ਬਾਵਜੂਦ ਉਹ ਇਹਨੂੰ ਤੋੜ ਨਹੀਂ ਸਕੀ? ਤੋ ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਵੀ ਇਹਨੂੰ ਪੀਸਫੁੱਲ ਰੱਖਣਾ, ਇਹਦਾ ਜਿਹੜਾ ਮੁੱਢਲਾ ਖਾਸਾ ਹੈ
ਜਿਹੜਾ ਦੁਨੀਆ ਦੇ ਇੱਕ ਨਵੇਕਲੀ ਕਿਸਮ ਦੇ ਅੰਦੋਲਨ ਦਾ ਖਾਸਾ ਹੈ। ਦੁਨੀਆ 'ਚ ਇੱਦਾਂ ਦਾ ਅੰਦੋਲਨ ਕਦੀ ਹੋਇਆ ਨਹੀਂ ਔਰ ਇਹ ਸ਼ਾਂਤਮਈ ਅੰਦੋਲਨ, ਏਡੀ ਵੱਡੀ ਪਾਰਟੀਸਪੇਸ਼ਨ, ਇੰਨੀ ਦੂਰ ਤੱਕ ਫੈਲਿਆ ਸਾਰੀ ਵਿਸ਼ਵ ਵਿਆਪੀ ਅੰਦੋਲਨ, ਇੱਦਾਂ ਦਾ ਇਤਿਹਾਸ 'ਚ ਲੱਭਦਾ ਨਹੀਂ। ਇਹੋ ਜਿਹੇ ਅੰਦੋਲਨ ਦੇ ਨਾਲ ਜ਼ਿੰਮੇਵਾਰੀਆਂ ਵੀ ਉਨੀਆਂ ਵੱਡੀਆਂ ਹੋ ਜਾਂਦੀਆਂ। ਮੈਂ ਆਪਣੇ ਨੌਜਵਾਨ ਬੱਚਿਆਂ ਨੂੰ ਅਪੀਲ ਕਰਾਂਗਾ, ਸਗੋਂ ਬਾਕੀਦਿਆਂ ਨੂੰ ਵੀ ਕੰਟਰੋਲ ਕਰੋ, ਜਿਹੜੀਆਂ ਫੋਰਸਿਸ ਨੇ ਉਹਨਾਂ ਨੂੰ ਚੈੱਕ ਕਰੋ, ਕੁੱਟੋ ਮਾਰੋ ਨਾ, ਉਹਨਾਂ ਨੂੰ ਐਕਸਪੋਜ਼ ਜ਼ਰੂਰ ਕਰੋ, ਐਕਸਪੋਜ਼ ਕਰਕੇ ਪੁਲਿਸ ਦੇ ਹਵਾਲੇ ਕਰੋ, ਜ਼ਿੰਮੇਵਾਰ ਬੰਦਿਆਂ ਨੂੰ ਨਾਲ ਬੁਲਾ ਕੇ ਉਹਨਾਂ ਨੂੰ ਐਕਸਪੋਜ਼ ਕਰੋ, ਪਰ ਆਪਣੀ ਜ਼ਿੰਮੇਵਾਰੀ ਤੋਂ ਬਾਹਰ ਜਾ ਕੇ ਐਵੇਂ ਕੁੱਟਮਾਰ ਕਰਕੇ ਵੀ ਕਿਸੇ ਦਾ ਨੁਕਸਾਨ ਨਹੀਂ ਕਰਨਾ। ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ, ਜਿੱਥੇ ਤੁਸੀਂ ਲੰਗਰਾਂ ਵਿੱਚ ਸੇਵਾ ਕਰਦੇ ਹੋ, ਜਿੱਥੇ ਤੁਸੀਂ ਸਫਾਈ ਕਰਦੇ ਹੋ, ਜਿੱਥੇ ਤੁਸੀਂ ਟ੍ਰੈਫਿਕ ਕੰਟਰੋਲ ਕਰਦੇ ਹੋ, ਐਡੇ ਐਡੇ ਵੱਡੇ ਕੰਮ ਤੁਸੀਂ ਆਪਣੇ ਜ਼ਿੰਮੇ ਲਏ ਹੈ, ਤਾਂ ਇਹ ਆਪਣੇ ਸੈਲਫ ਡਿਸਿਪਲਿਨ ਵੀ ਉਨਾ ਹੀ ਵੱਧ ਜ਼ਰੂਰੀ ਹੈ ਜਿੰਨਾ ਤੁਸੀਂ ਬਾਕੀ ਸੇਵਾ ਕਰਦੇ ਹੋ। ਅਤੇ ਮੈਂ ਉਮੀਦ ਕਰਦਾ ਮੇਰੀਆਂ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰੋਗੇ। ਹਰ ਇੱਥੇ ਆਇਆ ਜਿਹੜਾ ਯੋਧਾ ਹੈ, ਇਸ ਯੁੱਧ ਦੇ ਵਿੱਚ ਲੜਾਈ ਲੜਨ ਆਇਆ ਯੋਧਾ ਹੈ, ਚਾਹੇ ਬਜ਼ੁਰਗ ਹੈ, ਚਾਹੇ ਮਾਈ ਭੈਣ ਹੈ, ਕੋਈ ਭਰਾ ਹੈ, ਸਾਰੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ। ਇਸ ਅੰਦੋਲਨ ਨੂੰ ਕਾਮਯਾਬੀ ਤੋਂ ਕੋਈ ਰੋਕ ਨਹੀਂ ਸਕਦਾ। ਮੋਦੀ ਸਰਕਾਰ ਹਿੱਲੀ ਹੋਈ ਹੈ, ਜਾਂ ਮੋਦੀ ਸਰਕਾਰ ਰਹੇਗੀ ਜਾਂ ਕਿਸਾਨਾਂ ਦਾ ਅੰਦੋਲਨ, ਦੋਹਾਂ 'ਚੋਂ ਇੱਕ ਦੀ ਸਫਲਤਾ ਯਕੀਨੀ ਹੈ। ਜਿਹੜਾ ਮੈਨੂੰ ਲੱਗਦਾ ਹੈ ਤੁਹਾਡੀ ਸਫਲਤਾ ਯਕੀਨੀ ਹੈ, ਜਿਹੜੀ ਸੱਚ 'ਤੇ ਆਧਾਰਿਤ ਹੈ। ਮੈਂ ਉਮੀਦ ਕਰਦਾ ਸਾਰੇ ਸਾਡੇ ਇਸ ਅੰਦੋਲਨ ਦੇ ਯੋਧੇ ਆਪੋ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਕੇ ਇਹਨੂੰ ਕਾਮਯਾਬੀ ਵੱਲ ਲੈ ਕੇ ਜਾਣਗੇ। ਧੰਨਵਾਦ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।